ਮੇਰੇ ਵੱਲੋਂ ਸਭ ਭੈਣ ਭਾਈਆਂ ਨੂੰ ਸਲਾਮ ਹੋਵੇ, ਜਾਗਤਾਂ ਬਜ਼ੁਰਗਾਂ ਤੇ ਮਾਈਆਂ ਨੂੰ ਸਲਾਮ ਹੋਵੇ। ਅੱਜ ਦਾ ਪ੍ਰੋਗਰਾਮ ਲੈ ਕੇ ਆਇਆ ਏ ਆਸਮ ਸੀ ਅੱਜ ਦੀ ਗੱਲ। ਅੱਜ ਦੀ ਗੱਲ ਦੇ ਵਿੱਚ ਜਿਹੜੀ ਮੈਂ ਗੱਲ ਕਰਨ ਲੱਗਾ ਵਾਂ, ਇਹਨੂੰ ਬੜੇ ਗੌਰ ਨਾਲ ਸੁਣਨਾ ਜੀ, ਕਿਉਂਕਿ ਅੱਜ ਦੀ ਗੱਲ ਲੈ ਕੇ ਮੈਂ ਆਇਆ ਵਾਂ ਆਪਣੇ ਚੜ੍ਹਦੇ ਪੰਜਾਬ ਭਾਰਤ ਦੇ ਵੱਲ, ਆਪਣੇ ਉਹਨਾਂ ਭੈਣ ਭਾਈਆਂ ਲਈ ਜਿਹੜੇ ਮੇਰੇ ਸਿੱਖ ਭੈਣ ਭਾਈ ਚੜ੍ਹਦੇ ਪੰਜਾਬ ਦੇ ਵਿੱਚ ਵੱਸਦੇ ਪੈਣੇ, ਲੇਕਿਨ ਵੱਸਦੇ ਹੋਇਆਂ ਉਹ ਇੱਕ ਬੜਾ ਅਜੀਬ ਜਿਹਾ ਕੰਮ ਕਰਦੇ ਪਏ ਨੇ। ਉਹ ਕੀ ਕਰਦੇ ਪਏ ਨੇ? ਉਹ ਮੁਖਤਲਿਫ ਤਰੀਕਿਆਂ ਦੇ ਨਾਲ ਮੇਰੀ ਮਸੀਹੀ ਕੌਮ ਨੂੰ ਸਤਾਉਂਦੇ ਪਏ ਨੇ, ਡਰਾਉਂਦੇ ਤੇ ਧਮਕਾਉਂਦੇ ਪਏ ਨੇ। ਉਹ ਕਦੀ ਆਪਣੀਆਂ ਤਲਵਾਰਾਂ ਲੈ ਕੇ ਕਨਵੈਨਸ਼ਨਾਂ ਦੇ ਵਿੱਚ ਜਾਂਦੇ ਨੇ, ਤੇ ਕਦੀ ਜਦੋਂ ਲੋਕ ਮਨਾਦੀ ਕਰਦੇ ਨੇ ਤੇ ਫਿਰ ਉਹਨਾਂ ਨੂੰ ਰੋਕਦੇ ਨੇ। ਮੈਂ ਤੁਹਾਨੂੰ ਇੱਕ ਗੱਲ ਕਰਨਾ ਚਾਹੁੰਦਾ, ਤੁਹਾਨੂੰ ਕਾਹਦਾ ਡਰ ਲੱਗਾ ਇਹਨਾਂ ਦਾ? ਕਾਹਦਾ ਤੋਂ ਡਰਦੇ ਪਏ ਹੋ ਸਾਡੇ ਇਹਨਾਂ ਪਾਸਬਾਨਾਂ ਤੋਂ, ਇਹਨਾਂ ਪਾਸਟਰ ਸਾਹਿਬਾਨਾਂ ਤੋਂ ਕਿਉਂ ਡਰਦੇ ਪਏ ਜੇ? ਫਿਰ ਇਹ ਵੀ ਗੱਲ ਕਰਦੇ ਜੇ ਕਿ ਇਹ ਪੈਸੇ ਦੇ ਕੇ ਤੇ ਸਾਡੇ ਮਜ਼ਹਬ ਨੂੰ, ਸਾਡੇ ਲੋਕਾਂ ਨੂੰ ਤਬਦੀਲ ਕਰਦੇ ਪਏ ਨੇ? ਜ਼ਰਾ ਹੋਸ਼ ਦੇ ਨਾਂ ਲਵੋ ਭਾਈਓ, ਮੇਰੇ ਭਾਈਓ, ਤੁਸੀਂ ਹੋਸ਼ ਦੀ ਗੱਲ ਕਰੋ। ਮੈਂ ਇੱਕ ਮਿਸਾਲ ਤੁਹਾਨੂੰ ਦੇਣਾ ਚਾਹੁੰਦਾ, ਕਦੀ ਤੁਸੀਂ ਭਲਵਾਨਾਂ ਨੂੰ ਅਖਾੜਿਆਂ ਦੇ ਵਿੱਚ ਘੁਲਦਿਆਂ ਵੇਖਿਆ? ਜਿਹੜਾ ਤਗੜਾ ਭਲਵਾਨ ਹੁੰਦਾ ਨਾ, ਉਹ ਲਲਕਾਰ ਕੇ ਕਹਿੰਦਾ ਭਾਈ ਜਿਹਦੇ ਚ ਜ਼ੋਰ ਹੈਗਾ ਉਹ ਮੇਰੇ ਨਾਲ ਆ ਜਾਵੇ। ਪਰ ਡਰਪੋਕ ਭਲਵਾਨ ਹਮੇਸ਼ਾ ਡਰਦਾ ਰਹਿੰਦਾ। ਯਾਰ, ਤੁਸੀਂ ਤੇ ਆਪਣੇ ਆਪ ਨੂੰ ਬੜਾ ਕੁਝ ਸਾਬਤ ਕਰਦੇ ਜੇ, ਤੇ ਤੁਹਾਨੂੰ ਕਾਹਦਾ ਡਰ ਏ ਕਿ ਤੁਸੀਂ ਕਦੀ ਕਿਸੇ ਪਿੰਡ ਦੇ ਵਿੱਚ ਬਾਹਰ ਬੋਰਡ ਲਾ ਦਿੱਤਾ ਏ ਕਿ ਇੱਧਰ ਆਹ ਪਾਦਰੀ ਨਾ ਵੜੇ, ਉੱਧਰ ਉਹ ਪਾਦਰੀ ਨਾ ਵੜੇ, ਤੇ ਜੇ ਵੜਿਆ ਤੇ ਅਸੀਂ ਉਹਨੂੰ ਬਹੁਤ ਜ਼ਿਆਦਾ ਉਹਦੇ ਨਾਲ ਬੁਰਾ ਸਲੂਕ ਕਰਾਂਗੇ? ਯਾਰ ਜੀ, ਇੰਨਾ ਹੀ ਤੁਹਾਨੂੰ ਬੁਰੇ ਇਹਦਾ ਡਰ ਏ, ਇੰਨਾ ਬੁਰਾ ਸਲੂਕ ਕਰਨਾ ਚਾਹੁੰਦੇ ਜੇ, ਤੇ ਫਿਰ ਮੈਂ ਤੁਹਾਨੂੰ ਇੱਕ ਸਲਾਹ ਦੇਣਾ ਚਾਹੁੰਦਾ। ਇਹ ਬੜੀ ਸਲਾਹ ਬੜੀ ਚੰਗੀ ਜੇ, ਕਿਉਂ? ਕਿਉਂਕਿ ਪਿੰਡਾਂ ਦੇ ਵਿੱਚ ਤਾਂ ਤੁਸੀਂ ਬੋਰਡ ਲਾ ਲਿਆ, ਲੇਕਿਨ ਕੈਨੇਡਾ, ਅਮੈਰੀਕਾ ਤੇ ਯੂਰਪ ਦੇ ਵਿੱਚ ਕਿਹੜਾ ਬੋਰਡ ਲਾਓਗੇ? ਮੈਂ ਇਹ ਕਹਾਂਗਾ ਉਹਨਾਂ ਨੂੰ ਵਾਪਸ ਬੁਲਾ ਲਵੋ, ਕਿਉਂਕਿ ਤੁਹਾਡੇ ਵਿੱਚੋਂ ਹਰ ਕੋਈ ਦੂਜਾ ਬੰਦਾ, ਹਰ ਦੂਜਾ ਮੇਰਾ ਸਿੱਖ ਭਾਈ ਉਹ ਕੈਨੇਡਾ ਜਾਣ ਦਾ ਨਾਰਾ ਮਾਰਦਾ। ਇੰਡੀਆ ਦੇ ਵਿੱਚ ਭਾਵੇਂ ਇਹਨਾਂ ਪਾਦਰੀਆਂ ਕੋਲ ਇੰਨਾ ਪੈਸਾ ਨਹੀਂ, ਪਰ ਉਹਨਾਂ ਮੁਲਕਾਂ 'ਚ ਬੜਾ ਪੈਸਾ ਜੇ। ਖੌਫ ਨਾਲ ਸੋਚ ਲਵੋ, ਖੌਫ ਨਾਲ ਮੈਂ ਤੁਹਾਨੂੰ ਦੇਣਾ ਚਾਹ ਰਿਹਾ, ਕਿਤੇ ਉਹ ਹੋਵੇ ਉਹ ਜਿਹੜੇ ਤੁਹਾਨੂੰ ਪੈਸਾ ਭੇਜਦੇ ਪਏ ਨੇ, ਉਹਨਾਂ ਨੇ ਪੈਸੇ ਦੀ ਚਮਕ ਵੇਖ ਲਈ, ਉਹਨਾਂ ਨੇ ਉੱਥੇ ਕ੍ਰਿਸਚਨ ਹੋ ਜਾਣਾ ਜੀ। ਉਹਨਾਂ ਨੂੰ ਵਾਪਸ ਬੁਲਾ ਲਓ, ਅਮਰੀਕਾ 'ਚੋਂ ਵੀ ਵਾਪਸ ਬੁਲਾ ਲਓ, ਯੂਰਪ ਸਾਰੇ 'ਚੋਂ ਵਾਪਸ ਬੁਲਾ ਲਓ, ਔਰ ਖਾਸ ਤੌਰ 'ਤੇ ਕੈਨੇਡਾ 'ਚੋਂ ਤਾਂ ਵਾਪਸ ਬੁਲਾਓ ਬੁਲਾਓ। ਕਿਉਂ? ਕਿਉਂਕਿ ਉਹ ਨਾ ਹੋਵੇ ਕਿ ਉਹ ਵੀ ਉੱਥੇ ਕ੍ਰਿਸਚਨ ਹੋ ਜਾਣ। ਔਰ ਮੇਰੇ ਭਾਈਓ, ਕਦੀ ਪੈਸੇ ਦੇ ਕੇ ਕਦੀ ਵੀ ਕਿਸੇ ਦਾ ਧਰਮ ਪਰਿਵਰਤਨ ਨਹੀਂ ਹੁੰਦਾ, ਕਦੀ ਵੀ ਕਿਸੇ ਦਾ ਮਤਲਬ ਤਬਦੀਲ ਨਹੀਂ ਹੁੰਦਾ। ਤੁਸੀਂ ਆ ਪੋਸਟਰ ਜਿਹੜੇ ਫੜੇ ਆ ਸਾਰਿਆਂ ਨੇ, ਆ ਵੇਖੋ ਕ੍ਰਿਸਚਨ ਭਾਈਚਾਰੇ ਦੇ ਫੜੇ, ਔਰ ਸਾਰੇ ਹੀ ਤੁਸੀਂ ਸਿੱਖੋ, ਸਾਰੇ ਤੁਸੀਂ ਸਿੱਖੋ, ਨਹੀਂ ਸਿੱਖ ਦੱਸੋ, ਸਿੱਖ ਧਰਮ ਬਲੋਗ ਕਰਦੇ ਕਿ ਸਿੱਖ ਕੌਮ ਦੇ ਵਿੱਚ ਘੱਟ ਕੁਰਬਾਨੀਆਂ ਵਾ, ਤੁਸੀਂ ਕੀ ਪ੍ਰਚਾਰ ਕਰੋਗੇ? ਤੈਨੂੰ ਬਾਈਬਲ ਬਾਰੇ ਕਿੰਨਾ ਕੁ ਗਿਆਨ ਦੱਸ? ਇੱਕ ਮਿੰਟ ਤੂੰ ਪ੍ਰਚਾਰ ਕਰਨਾ ਹੈ ਨਾ, ਤੁਹਾਡੀ ਗੱਲ, ਤੁਹਾਨੂੰ ਤੁਹਾਡੇ ਤੋਂ ਬਾਈਬਲ ਬਾਰੇ ਸਭ ਤੋਂ ਜ਼ਿਆਦਾ ਕਿੰਨੂ ਨੌਲੇਜ ਹੋ ਅੱਗੇ ਆ ਜੇ। ਮੇਰੀ ਗੱਲ ਸੁਣੋ, ਆਪਾਂ ਕੋਈ ਲੜਨੀ ਹੈ, ਕੋਈ ਲੜਨੀ ਹੈ, ਪਰਮੇਸ਼ਰ ਕੋਈ ਧਰਮ ਨੂੰ ਕੋਈ ਜਾਤ ਨੂੰ ਬੈਸਣਾ ਨਹੀਂ ਆ, ਤੁਸੀਂ ਬਾਈਬਲ ਦਾ ਪ੍ਰਚਾਰ ਕਰਨਾ ਹੈ ਨਾ, ਸਭ ਤੋਂ ਜ਼ਿਆਦਾ ਜਿਹਨੂੰ ਨੌਲੇਜ ਹੋ ਅੱਗੇ ਆ ਜੇ। ਤੁਸੀਂ ਦੱਸੋ, ਆਪਾਂ ਗੱਲ ਕਰਾਂਗੇ। ਹਾਂ ਦੱਸੋ, ਤੈਨੂੰ ਜ਼ਿਆਦਾ ਨੌਲੇਜ ਆ, ਫਿਰ ਤੁਸੀਂ ਕਿਉਂ ਪ੍ਰਚਾਰ ਕਰਨਾ ਇਹ ਜੇ? ਕੀ ਗੱਲ, ਸਾਡੇ ਇੱਥੇ ਗੁਰਦੁਆਰੇ ਨਹੀਂ ਤੁਹਾਨੂੰ ਦੇ ਰਹੇ ਨਿਸ਼ਾਨ ਸਾਹਿਬ? ਫਿਰ ਤੁਸੀਂ ਕਾਹਦਾ ਪ੍ਰਚਾਰ, ਇਹਦਾ ਮਤਲਬ ਢਾਡ ਨਾਲ ਜੁੜ ਜੇ ਸਾਡਾ ਪਿੰਡ? ਨਹੀਂ, ਫਿਰ ਤੁਸੀਂ ਕਿਹਦਾ ਪ੍ਰਚਾਰ ਕਰਨਾ? ਕਾਹਦੇ ਵਾਸਤੇ ਫੜੇ ਤੁਸੀਂ? ਇੱਕ ਮਿੰਟ ਦਿਖਾਓ, ਕਾਹਦੇ ਵਾਸਤੇ ਤੁਸੀਂ ਫੜੇ? ਅਸ ਨਹੀਂ, ਇੱਕ ਪੋਸਟਰ ਫੜ ਕੇ ਵੇਖ ਤੇ ਫਿਰ ਤੁਸੀਂ ਕਿਉਂ ਆਏ ਸਾਡੇ ਪਿੰਡ 'ਚ ਪ੍ਰਚਾਰ ਕਰਨ? ਹਮੇਸ਼ਾ ਕੋਈ ਵੀ ਕਿਸੇ ਸੱਚਾਈ ਨੂੰ ਵੇਖ ਕੇ ਤੋਰਦਾ। ਅਗਰ ਤੁਹਾਡੇ ਕੋਲ ਹੁਣ ਤੱਕ ਕੋਈ ਐਸੀ, ਮੈਂ ਤੇ ਕਹਾਂਗਾ, ਮੈਂ ਇੱਕ ਬੜੇ ਲਫ਼ਜ਼ ਬੋਲਾਂਗਾ, ਜਿਹੜੀਆਂ ਬਾਣੀਆਂ ਤੁਹਾਡੇ ਕੋਲ ਨੇ ਉਹਨਾਂ ਰੱਜ ਰੱਜ ਕੇ ਪੜੋ। ਅਸੀਂ ਆਪਣੀ ਬਾਣੀ ਪੜ੍ਹਦੇ ਪਏ ਹਾਂ, ਲੇਕਿਨ ਤੁਸੀਂ ਵੀ ਇਹਦਾ ਪ੍ਰਚਾਰ ਰੱਜ ਕੇ ਕਰੋ। ਜੇ ਮੇਰਾ ਪਾਦਰੀ ਤੁਹਾਡੇ ਇਲਾਕੇ ਜਾਂਦਾ ਤੇ ਤੁਹਾਡਾ ਵੀ ਕੋਈ ਵੀ ਜਿਹੜਾ ਖਾਸ ਤੌਰ ਤੇ ਗੁਰਦੁਆਰੇ ਦਾ ਉਹ ਮੁਨਾਦ ਏ, ਜਾਂ ਜਿਹੜਾ ਵੀ ਤੁਸੀਂ ਲਫ਼ਜ਼ ਉਹਨਾਂ ਲਈ ਇਸਤੇਮਾਲ ਕਰਦੇ ਹੋ, ਉਹਦੇ ਦੂਸਰੇ
लोगों के जाके अपनी मनादी करे, लेकिन जिथे जिन्हों सच्चाई लभेगी उथे खलो जाए। क्यों तुहानू इदां खौफ बड़िया पिया है? मैं तो बहुत सारिया कहानियां तुहाडियां सुनिया ने, लेकिन इंज गल्लां करके तुहाडे अंदर बड़ी कमजोरी नजर आ गई है। कदी तलवारां दे सिर दे उत्ते, तलवारां दे सिर ते कदी नहीं तुसीं इंज जित नहीं जे सकदे। अपने ईमान नूं मजबूत करो, अपने आप नूं सामने लियाओ, अपनी तालीम लोगों दसो, कहानियां नहीं ईमानी गल करो, ताकि लोग समझ के वाकई ये भी कोई गल सही करते पे ने। लेकिन इंज डरा धमका के मैं बहुत सारे पासवाना दे पादरिया दे तुसी तलवारां दे नाल उन्हां दे बैनर पाड़दे पे अपने इलाकों चो, बहुत सारिया भैणां ते भाईआं नूं जिहड़े अपने चर्च दे उस पंफलेट नूं तकसीम कर रहे ने या बाइबल मुकद्दस नूं लैके लोगों दे तकसीम करदे ने। तो यार तुसी भी ग्रंथ साहब नूं लोगों तकसीम करो, लेकिन इंज डरा ना धमकाउणा, इंज करके तुसी अपने आप नूं दुनिया दे विच कमजोर साबित करदे पै जे। इंज कमजोरियां ना वहो, दलेर बनो ते इंज दीआं रुकावटां पैदा ना करो, बल्कि दुनिया दे विच अमन सुकून ते शांति दा ऐलान करो, ताकि दुनिया च सुकून पैदा हो जाए। पाकिस्तान जिंदाबाद। खुदा सब नूं बरकत देवे। आमीन।